ਹੈਲੋ ਸਟੂਡੈਂਟਸ, ਸ਼ਿਕਸ਼ਾ ਐਫਐਮ ਦੇ ਯੂਟਿਊਬ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਾਂਜੀ, ਜਿਹੜੇ ਸਟੂਡੈਂਟ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਨੇ, ਸ਼ਿਕਸ਼ਾ ਐਫਐਮ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਦਾ ਬਟਨ ਹੈ ਜਿਹੜਾ ਤੁਸੀਂ ਪ੍ਰੈਸ ਕਰ ਲੈਣਾ ਜੀ, ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀ ਰਹੇ। ਠੀਕ ਹੈ ਜੀ, ਹਿਸਟਰੀ ਦੇ MCQs ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਫਿਰ। ਠੀਕ ਹੈ ਜੀ, ਤਾਂ ਸ਼ਿਕਸ਼ਾ ਐਫਐਮ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਠੀਕ ਹੈ ਜੀ, ਬੈਲ ਆਈਕਨ ਤੁਸੀਂ ਪ੍ਰੈਸ ਕਰ ਲੈਣਾ। ਹਾਂਜੀ, ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਸ਼ੁਰੂ। 1857 ਦੇ ਵਿਦਰੋਹ ਦੇ ਕੁਝ ਕੁਐਸਚਨਸ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਕੀਤੇ ਸੀ। ਠੀਕ ਹੈ, ਤਾਂ ਜਿਹੜੇ ਸਟੂਡੈਂਟ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹ ਪਹਿਲਾਂ ਵਾਲੀ ਵੀਡੀਓਜ਼ ਨੂੰ ਜ਼ਰੂਰ ਦੇਖਣਾ। ਠੀਕ ਹੈ, ਆਪਾਂ ਮਾਡਰਨ ਹਿਸਟਰੀ ਦੇ ਜਿਹੜੇ MCQ ਹੈ ਉਹ ਕਵਰ ਕਰ ਰਹੇ ਹਾਂ, ਤਾਂ ਪਿਛਲੀ ਵੀਡੀਓ ਤੁਸੀਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ। ਠੀਕ ਹੈ, ਆਪਾਂ 1857 ਦੇ ਵਿਦਰੋਹ ਦੇ ਕੁਝ ਕੁਐਸਚਨਸ ਪਹਿਲਾਂ ਕੀਤੇ ਸੀ, ਬਾਕੀ ਰਹਿ ਗਏ ਕੁਝ ਕੁਐਸਚਨ ਅੱਜ ਕਰਾਂਗੇ। ਠੀਕ ਹੈ, ਤਾਂ ਆਪਣਾ ਫਸਟ ਕੁਐਸਚਨ ਹੈ, ਮੇਰਠ ਵਿੱਚ ਵਿਦਰੋਹ ਹੈ ਜਿਹੜਾ ਉਹ ਕਿਵੇਂ ਸ਼ੁਰੂ ਹੋਇਆ ਸੀ। ਠੀਕ ਹੈ, ਮੇਰਠ ਦੇ ਵਿੱਚ ਵਿਦਰੋਹ ਹੈ ਜਿਹੜਾ ਉਹ ਕਿਵੇਂ ਸ਼ੁਰੂ ਹੋਇਆ। ਆਪਸ਼ਨ ਏ ਕਹਿੰਦਾ ਹੈ ਕਿ ਮੰਗਲ ਪਾਂਡੇ ਨੇ ਅੰਗਰੇਜ਼ ਅਫਸਰ ਨੂੰ ਮਾਰ ਦਿੱਤਾ, ਇਸ ਕਰਕੇ ਸ਼ੁਰੂ ਹੋਇਆ ਹੈ। ਤੇ ਨੰਬਰ ਬੀ ਕਹਿੰਦਾ ਮੰਗਲ ਪਾਂਡੇ ਨੇ ਕਾਰਤੂਸ ਵਰਤਣ ਤੋਂ ਨਾ ਕਰ ਦਿੱਤੀ, ਜਾਂ ਇਹ ਰੀਜ਼ਨ ਹੈ। ਆਪਸ਼ਨ ਨੰਬਰ ਸੀ ਕਹਿੰਦਾ ਕਿ 85 ਭਾਰਤੀ ਸੈਨਿਕਾਂ ਨੇ ਕਾਰਤੂਸ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਠੀਕ ਹੈ, ਜਾਂ ਫਿਰ ਉਪਰੋਕਤ ਸਾਰੇ। ਤਾਂ ਮੇਰਠ ਦੇ ਵਿੱਚ ਜਿਹੜਾ ਵਿਦਰੋਹ ਹੈ ਸ਼ੁਰੂ ਹੋਣ ਦਾ ਕਾਰਨ ਕੀ ਹੈ ਕਿ ਮੇਰਠ ਦੇ ਵਿੱਚ ਜਦੋਂ ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਕਰਨ ਤੋਂ ਮਨਾ ਕੀਤਾ ਸੀ। ਠੀਕ ਹੈ, ਤਾਂ ਮੇਰਠ ਦੇ ਵਿੱਚ ਵੀ ਆਪਣਾ ਜਿਹੜਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਸੀ, ਮੇਰਠ ਦੇ ਵਿੱਚ ਵੀ 85 ਭਾਰਤੀ ਸੈਨਿਕਾਂ ਨੇ ਕਾਰਤੂਸ ਜਿਹੜਾ ਚਲਾਉਣ ਤੋਂ ਮਨਾ ਕਰ ਦਿੱਤਾ ਸੀ। ਠੀਕ ਹੈ, ਜੇਕਰ ਤੁਹਾਨੂੰ ਪੇਪਰ ਵਿੱਚ ਕਿਵੇਂ ਵੀ ਮੋਲਡ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਮੇਰਠ ਦੇ ਵਿੱਚ ਕਿੰਨੇ ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਨੂੰ ਚਲਾਉਣ ਤੋਂ ਮਨਾ ਕੀਤਾ ਸੀ। ਠੀਕ ਹੈ, ਤਾਂ ਕਿੰਨੇ ਸੀ? 85 ਭਾਰਤੀ ਜਿਹੜੇ ਸੈਨਿਕ ਹੈ ਉਹਨਾਂ ਨੇ ਮੇਰਠ ਦੇ ਵਿੱਚ ਕਾਰਤੂਸ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਕਰਕੇ ਮੇਰਠ ਦੇ ਵਿੱਚ ਜਿਹੜਾ ਵਿਦਰੋਹ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਈ ਸੀ। ਠੀਕ ਹੈ ਜੀ, ਹਾਂਜੀ, ਨੈਕਸਟ ਦੇਖ ਲੈਂਦੇ ਹਾਂ ਕਿ 1857 ਦਾ ਵਿਦਰੋਹ ਸ਼ੁਰੂ ਕਰਨ ਦੇ ਲਈ ਕਿਹੜੀ ਤਾਰੀਖ ਹੈ ਜਿਹੜੀ ਉਹ ਨਿਸ਼ਚਿਤ ਕੀਤੀ ਗਈ ਸੀ। ਠੀਕ ਹੈ, ਪਲੈਨਿੰਗ ਕੀਤੀ ਗਈ ਸੀ। ਠੀਕ ਹੈ, ਔਰ ਪ੍ਰਤੀਕ ਕੀ ਸੀ? ਕਮਲ ਅਤੇ ਰੋਟੀ, ਹੈ ਨਾ, ਕਮਲ ਦਾ ਫੁੱਲ ਅਤੇ ਰੋਟੀ ਕਿਉਂ ਯੂਜ਼ ਕੀਤਾ ਗਿਆ ਸੀ? ਸੰਦੇਸ਼ ਪਹੁੰਚਾਉਣ ਦੇ ਲਈ। ਠੀਕ ਹੈ, ਇਹ ਚਿੰਨ੍ਹ ਸੀਗੇ। ਠੀਕ ਹੈ, ਜੇ ਪੁੱਛੇ ਕਿ ਕਿਹੜੇ ਚਿੰਨ੍ਹ ਯੂਜ਼ ਕੀਤੇ ਗਏ ਸੀ, ਤਾਂ ਕਮਲ ਦਾ ਫੁੱਲ ਅਤੇ ਰੋਟੀ ਹੈ। ਹੁਣ ਦੇਖਦੇ ਹਾਂ ਕਿ ਤਾਰੀਖ ਕਿਹੜੀ ਨਿਸ਼ਚਿਤ ਕੀਤੀ ਗਈ ਹੈ। ਆਪਸ਼ਨ ਨੰਬਰ ਏ 23 ਮਈ ਹੈ, ਆਪਸ਼ਨ ਨੰਬਰ ਬੀ 31 ਮਈ ਹੈ, ਸੀ 17 ਦਸੰਬਰ ਹੈ, ਜਾਂ ਡੀ 23 ਦਸੰਬਰ ਹੈ। ਆਪਣਾ ਜਿਹੜਾ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ। ਠੀਕ ਹੈ, ਵਿਦਰੋਹ ਹੈ ਜਿਹੜਾ ਸ਼ੁਰੂ ਕਰਨ ਦੀ ਜਿਹੜੀ ਤਾਰੀਖ ਨਿਸ਼ਚਿਤ ਕੀਤੀ ਗਈ ਸੀ ਉਹ ਕੀਤੀ ਗਈ ਸੀ 31 ਮਈ, ਪਰ ਕੀ ਹੋਇਆ? ਨਿਸ਼ਚਿਤ ਤਾਰੀਖ ਤੋਂ ਪਹਿਲਾਂ ਹੀ ਵਿਦਰੋਹ ਹੋ ਗਿਆ। ਠੀਕ ਹੈ,
ਹੁਣ ਸੈਨਿਕਾਂ ਤੱਕ ਤਾਂ ਅਲੱਗ ਅਲੱਗ ਜਿਹੜੇ ਏਰੀਆਜ਼ ਹੈ ਸਾਰਿਆਂ ਤੱਕ 31 ਮਈ ਤਾਰੀਖ ਨਿਸ਼ਚਿਤ ਕੀਤੀ ਗਈ ਸੀ, ਉਹ ਤਾਰੀਖ ਪਹੁੰਚੀ ਹੋਈ ਸੀ, ਠੀਕ ਹੈ। ਪਰ ਕੀ ਹੁੰਦਾ ਕਿ ਇਹ ਵਿਦਰੋਹ ਹੈ ਜਿਹੜਾ ਉਹ ਪਹਿਲਾਂ ਹੀ ਭੜਕ ਉੱਠਦਾ, ਠੀਕ ਹੈ। ਤਾਂ 31 ਮਈ, ਠੀਕ ਹੈ, ਆਪਾਂ ਦੇਖਿਆ ਸੀ ਬੈਰਕਪੁਰ ਛਾਉਣੀ, ਭਾਰਤੀ ਸੈਨਿਕਾਂ ਨੇ 1857 ਦੇ ਵਿਦਰੋਹ ਦੌਰਾਨ ਆਪਣਾ ਰਾਜਾ ਕਿਸ ਨੂੰ ਚੁਣਿਆ ਸੀ, ਠੀਕ ਹੈ, ਕਿੰਨਾ ਭਾਰਤੀ ਸੈਨਿਕਾਂ ਨੇ ਆਪਣਾ ਰਾਜਾ ਕਿਸ ਨੂੰ ਘੋਸ਼ਿਤ ਕੀਤਾ, ਮੇਨ ਲੀਡਰ ਆਪਣਾ ਕਿਹਨੂੰ ਬਣਾਇਆ। ਆਪਸ਼ਨ ਨੰਬਰ ਏ ਸ਼ਾਹ ਆਲਮ, ਠੀਕ ਹੈ, ਆਪਸ਼ਨ ਨੰਬਰ ਬੀ ਤਾਂਤੀਆ ਟੋਪੇ ਹੈ, ਆਪਸ਼ਨ ਨੰਬਰ ਸੀ ਬਹਾਦੁਰ ਸ਼ਾਹ ਜ਼ਫਰ ਹੈ, ਜਾਂ ਆਪਸ਼ਨ ਨੰਬਰ ਡੀ ਹੈ ਕੋਈ ਨਹੀਂ, ਠੀਕ ਹੈ। ਤਾਂ ਆਪਾਂ ਦੇਖਿਆ ਸੀ ਕਿ 1857 ਦੇ ਜਦੋਂ ਵਿਦਰੋਹ ਦਾ ਕਾਰਨ, ਰਾਜਨੀਤਿਕ ਕਾਰਨ ਕੀ ਸੀਗਾ ਕਿ ਜਿਹੜਾ ਮੁਗਲ ਸਮਰਾਟ ਹੈ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦੁਰ ਸ਼ਾਹ ਫਸਟ ਰਾਜਾ ਬਣਿਆ ਸੀ, ਠੀਕ ਹੈ। ਤਾਂ ਲਾਰਡ ਡਲਹੌਜ਼ੀ ਨੇ ਇਹ ਐਲਾਨ ਕੀਤਾ ਸੀਗਾ ਕਿ ਜਦੋਂ ਬਹਾਦੁਰ ਸ਼ਾਹ ਫਸਟ ਹੈ ਜਿਹੜੇ, ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਹੈ ਉਹਨਾਂ ਨੂੰ ਮਹਿਲ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ, ਉਹਨਾਂ ਨੂੰ ਕੁਤੁਬ ਮੀਨਾਰ ਦੇ ਕੋਲ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਰਹਿਣਾ ਪਵੇਗਾ, ਠੀਕ ਹੈ। ਤਾਂ ਇਸ ਨੂੰ, ਇਸ ਗੱਲ ਨੂੰ ਬਹਾਦੁਰ ਸ਼ਾਹ ਜ਼ਫਰ ਨੇ ਆਪਣਾ ਅਪਮਾਨ ਸਮਝਿਆ, ਠੀਕ ਹੈ। ਅਪਮਾਨ ਵਾਲੀ ਗੱਲ ਹੀ ਸੀ ਕਿਉਂਕਿ ਮੁਗਲਾਂ ਦੀ ਪੀੜ੍ਹੀ ਚੱਲੀ ਆ ਰਹੀ ਹੈ, ਠੀਕ ਹੈ, ਮੁਗਲ ਸਾਮਰਾਜ ਦੇ ਉੱਪਰ ਇੱਕ ਅਪਮਾਨ ਸੀਗਾ। ਤਾਂ ਇਸ ਕਰਕੇ ਬਹਾਦੁਰ ਸ਼ਾਹ ਜ਼ਫਰ ਨੇ ਸੈਨਿਕਾਂ ਦਾ ਸਾਥ ਦਿੱਤਾ ਸੀ, ਤਾਂ ਉਹਨਾਂ ਨੇ ਆਪਣਾ ਜਿਹੜਾ, ਇਸ ਕਰਕੇ ਫਿਰ ਬਹਾਦੁਰ ਸ਼ਾਹ ਜ਼ਫਰ ਅੰਗਰੇਜ਼ਾਂ ਦੇ ਖਿਲਾਫ਼ ਹੋ ਗਿਆ, ਠੀਕ ਹੈ, ਉਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ, ਅਤੇ ਉਹ ਕਿਹਨਾਂ ਨਾਲ ਰਲ ਗਿਆ ਸੀਗਾ, ਤਾਂਤੀਆ ਟੋਪੇ ਹੋ ਗਿਆ, ਠੀਕ ਹੈ, ਨਾਨਾ ਸਾਹਿਬ ਹੈ, 1857 ਦੇ ਵਿਦਰੋਹ ਦੇ ਵਿੱਚ ਉਹਨਾਂ ਨੇ ਭਾਗ ਲਿਆ। ਤਾਂ ਇਸ ਕਰਕੇ ਸਾਰਿਆਂ ਨੇ ਜਿਹੜਾ ਆਪਣਾ ਨੇਤਾ ਹੈ, ਮੇਨ ਲੀਡਰ ਕਿਹਨੂੰ ਬਣਾਇਆ ਸੀ, ਬਹਾਦੁਰ ਸ਼ਾਹ ਜ਼ਫਰ, ਠੀਕ ਹੈ, ਸੋਰੀ ਬਹਾਦੁਰ ਸ਼ਾਹ ਸੈਕਿੰਡ, ਮੈਂ ਫਸਟ ਬੋਲਤਾ, ਬਹਾਦੁਰ ਸ਼ਾਹ ਸੈਕਿੰਡ ਸੀ, ਮਤਲਬ 1857 ਜਦੋਂ ਔਰੰਗਜ਼ੇਬ ਦੀ ਮੌਤ ਹੋਈ ਤਾਂ ਬਹਾਦੁਰ ਸ਼ਾਹ ਫਸਟ ਰਾਜਾ ਬਣਦਾ ਹੈ, ਬਹਾਦੁਰ ਸ਼ਾਹ ਪਹਿਲਾ, ਔਰ ਲਾਸਟ ਰਾਜਾ ਵੀ ਕੌਣ ਬਣਿਆ ਸੀ, ਬਹਾਦੁਰ ਸ਼ਾਹ ਦੂਜਾ। ਤਾਂ ਬਹਾਦੁਰ ਸ਼ਾਹ ਜਿਹੜਾ ਜ਼ਫਰ ਹੈ ਸੈਕਿੰਡ ਹੈ, ਬਹਾਦੁਰ ਸ਼ਾਹ ਸੈਕਿੰਡ, ਇਸ ਨੂੰ ਆਪਣਾ ਜਿਹੜਾ ਰਾਜਾ ਹੈ ਉਹ ਐਲਾਨਿਆ ਗਿਆ ਸੀ। ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਬਹਾਦੁਰ ਸ਼ਾਹ ਫਸਟ ਹੈ, ਫਿਰ ਆਏ ਸੀ ਬਾਕੀ ਰਾਜੇ, ਜਹਾਂਦਾਰ ਸ਼ਾਹ ਹੈ, ਫਾਰੂਕ ਸ਼ੇਰ ਹੈ, ਸ਼ਾਹ ਆਲਮ ਸੈਕਿੰਡ ਹੈ, ਆਲਮਗੀਰ ਹੈ, ਇਹ ਸਾਰੇ ਕਮਜ਼ੋਰ ਸ਼ਾਸਕ ਸਿੱਧ ਹੋਏ ਸੀ, ਠੀਕ ਹੈ। ਮਤਲਬ ਜਿਵੇਂ ਹੁਣ ਮੁਹੰਮਦ ਸ਼ਾਹ ਰੰਗੀਲਾ ਹੈ, ਠੀਕ ਹੈ, ਇਹਦੇ ਸਮੇਂ ਆਕਰਮਣ ਹੁੰਦਾ ਹੈ ਕਿੰਨਾ ਨਾਦਰ ਸ਼ਾਹ ਦਾ, ਠੀਕ ਹੈ, ਤਾਂ ਉਹ ਕੋਹੇਨੂਰ ਹੀਰ ਹੈ ਜਿਹੜਾ ਉਹ ਲੁੱਟ ਕੇ ਲੈ ਜਾਂਦਾ ਹੈ, ਇਹਨਾਂ ਦੀ ਕਮਜ਼ੋਰੀ ਦਾ ਹੀ ਲਾਭ ਉਠਾਇਆ ਸੀ ਬਾਕੀ ਸਾਰਿਆਂ ਨੇ। ਬਹਾਦੁਰ ਸ਼ਾਹ ਜ਼ਫਰ ਨੂੰ ਅੰਗਰੇਜ਼ਾਂ ਨੇ ਕਿੱਥੇ ਭੇਜ ਦਿੱਤਾ? ਜਦੋਂ ਬਹਾਦੁਰ ਸ਼ਾਹ 1857 ਦੇ ਵਿਦਰੋਹ ਤੋਂ ਬਾਅਦ ਜਦੋਂ ਦਿੱਲੀ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਹੈ, ਤਾਂ ਬਹਾਦੁਰ ਸ਼ਾਹ ਜ਼ਫਰ ਹੈ ਜਿਹੜਾ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ, ਠੀਕ ਹੈ। ਤਾਂ ਕੈਦ ਕਰਕੇ ਉਹਨਾਂ ਨੂੰ ਕਿੱਥੇ ਭੇਜਿਆ ਜਾਂਦਾ ਹੈ? ਆਪਣਾ ਆਪਸ਼ਨ ਨੰਬਰ ਸੀ ਹੈ ਜਿਹੜਾ ਉਹ ਰਾਈਟ ਆਂਸਰ ਹੈ, ਰੰਗੂਨ ਦੇ ਵਿੱਚ, ਠੀਕ ਹੈ, ਰੰਗੂਨ ਦੇ ਵਿੱਚ। ਉੱਥੇ 1862 ਈਸਵੀ ਦੇ ਵਿੱਚ ਬਹਾਦੁਰ ਸ਼ਾਹ ਦੀ ਮੌਤ ਹੋ ਜਾਂਦੀ।
ਰੰਗੂਨ ਦੇ ਵਿੱਚ ਹੀ ਹੋ ਜਾਂਦੀ ਹੈ। ਅਠਾਰਾਂ ਸੌ 62 ਈਸਵੀ ਦੇ 7 ਨਵੰਬਰ 1862 ਨੂੰ ਰੰਗੂਨ ਦੇ ਵਿੱਚ ਬਹਾਦੁਰ ਸ਼ਾਹ ਜ਼ਫਰ ਹੈ ਜਿਹੜੇ ਉਹਨਾਂ ਦੀ ਮੌਤ ਹੋ ਜਾਂਦੀ। ਹਾਂਜੀ, ਜਿਹੜੇ ਸਟੂਡੈਂਟ ਕੋਈ ਵੀ ਸਾਡਾ ਪੇਡ ਕੋਰਸ ਪਰਚੇਸ ਕਰਨਾ ਚਾਹੁੰਦਾ ਹੈ, ਸ਼ਿਕਸ਼ਾ ਐਫ ਐਮ, ਠੀਕ ਹੈ, ਸ਼ਿਕਸ਼ਾ ਐਫ ਐਮ ਐਪ ਹੈ ਜਿਹੜੀ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣੀ ਹੈ। ਜੇਕਰ ਤੁਹਾਡੀ ਹੋਰ ਕੁਐਰੀ ਹੈ, ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਦਿੱਤੇ ਹੋਏ ਨੰਬਰ 'ਤੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ। ਹਾਂਜੀ, 1857 ਦੇ ਵਿਦਰੋਹ ਸਮੇਂ ਝਾਂਸੀ ਉੱਪਰ ਕਿਸ ਦਾ ਰਾਜ ਸੀ? ਕਾਂਤਿਆ ਟੋਪੇ ਦਾ ਸੀ, ਬਹਾਦੁਰ ਸ਼ਾਹ ਜ਼ਫਰ ਦਾ ਸੀ, ਰਾਣੀ ਲਕਸ਼ਮੀ ਬਾਈ ਦਾ ਸੀ ਜਾਂ ਨਾਨਾ ਸਾਹਿਬ ਦਾ ਸੀ? ਕਿਸ ਦਾ ਪੁੱਛਿਆ ਗਿਆ ਜੀ? ਝਾਂਸੀ, ਝਾਂਸੀ ਦੀ ਰਾਣੀ ਕੌਣ ਨਹੀਂ ਜਾਣਦਾ, ਤੁਸੀਂ ਸਾਰੇ ਹੀ ਜਾਣਦੇ ਹੋ। ਤਾਂ ਕੌਣ ਸੀ? ਰਾਣੀ ਲਕਸ਼ਮੀ ਬਾਈ, ਆਪਸ਼ਨ ਨੰਬਰ ਸੀ ਸਾਡਾ ਰਾਈਟ ਆਨਸਰ, ਰਾਣੀ ਲਕਸ਼ਮੀ ਬਾਈ। ਹਾਂਜੀ, ਨੈਕਸਟ, ਝਾਂਸੀ ਦੀ ਰਾਣੀ ਦੇ ਮਨ ਦੇ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਿਉਂ ਸੀ? ਕੀ ਕਾਰਨ ਸੀ ਕਿ ਉਹ ਅੰਗਰੇਜ਼ਾਂ ਨਾਲ ਵਿਦਰੋਹ ਕਰਨਾ ਚਾਹੁੰਦੀ ਸੀ? ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਪੜ੍ਹਿਆ ਹੋਇਆ ਹੈ, ਹੁਣ ਆਪਾਂ ਉਹਨੂੰ ਯਾਦ ਕਰਦੇ ਹਾਂ। ਕੀ ਅੰਗਰੇਜ਼ਾਂ ਨੇ ਉਸਦੇ ਰਾਜ ਦੇ ਕੁਝ ਹਿੱਸੇ ਉੱਪਰ ਅਧਿਕਾਰ ਕਰ ਲਿਆ ਸੀ, ਕਬਜ਼ਾ ਕੀਤਾ ਸੀ? ਜਾਂ ਆਪਸ਼ਨ ਨੰਬਰ ਬੀ ਹੈ ਕਿ ਉਸਦੇ ਪਤੀ ਦਾ ਕਤਲ ਕੀਤਾ ਗਿਆ ਸੀ? ਜਾਂ ਆਪਸ਼ਨ ਨੰਬਰ ਸੀ ਕਹਿੰਦੇ ਉਸਦੇ ਗੋਦ ਲਏ ਗਏ ਪੁੱਤਰ ਨੂੰ ਵਾਰਿਸ ਮੰਨਣ ਤੋਂ ਇਨਕਾਰ ਕਰਤਾ ਸੀ? ਠੀਕ ਹੈ, ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਪੜ੍ਹਿਆ, ਕੀ ਪੜ੍ਹਿਆ? ਫਲੈਪਸ ਦੀ ਨੀਤੀ, ਜਿਸ ਦੇ ਤਹਿਤ ਕੀ ਸੀ ਕਿ ਜੇਕਰ ਕਿਸੇ ਭਾਰਤੀ ਦਾ ਕੋਈ ਰਾਜਾ ਨਹੀਂ ਹੈ, ਠੀਕ ਹੈ, ਤਾਂ ਉਸਦੇ ਗੋਦ ਲਏ ਗਏ ਪੁੱਤਰ ਨੂੰ ਉੱਤਰਾਧਿਕਾਰੀ ਨਹੀਂ ਮੰਨਿਆ ਜਾਵੇਗਾ। ਠੀਕ ਹੈ, ਤਾਂ ਇਸ ਤਰ੍ਹਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਕੋਈ ਪੁੱਤਰ ਨਹੀਂ ਸੀ, ਤਾਂ ਉਹਨਾਂ ਦੇ ਗੋਦ ਲਏ ਗਏ ਪੁੱਤਰ ਨੂੰ ਵਾਰਿਸ ਮੰਨਣ ਤੋਂ ਅੰਗਰੇਜ਼ਾਂ ਨੇ ਇਨਕਾਰ ਕਰ ਦਿੱਤਾ, ਤਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਹੈ ਜਿਹੜੀ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਈ। ਠੀਕ ਹੈ, ਹਾਂਜੀ, ਨੈਕਸਟ, ਝਾਂਸੀ ਦੀ ਰਾਣੀ ਲਕਸ਼ਮੀ ਦੀ ਇਸ ਲੜਾਈ ਦੇ ਵਿੱਚ ਸਹਾਇਤਾ ਕਿਸਨੇ ਕੀਤੀ? ਕਿਸ ਵਿਅਕਤੀ ਨੇ ਰਾਣੀ ਦੀ ਜਿਹੜੀ ਸਹਾਇਤਾ ਹੈ ਉਹ ਕੀਤੀ ਸੀ? ਬਹਾਦੁਰ ਸ਼ਾਹ ਜ਼ਫਰ ਨੇ ਕੀਤੀ ਹੈ, ਕਾਂਤਿਆ ਟੋਪੇ ਨੇ ਕੀਤੀ ਹੈ, ਨਾਨਾ ਸਾਹਿਬ ਨੇ ਕੀਤੀ ਹੈ, ਜਾਂ ਸ਼ਾਹ ਆਲਮ ਸੈਕਿੰਡ ਨੇ ਕੀਤੀ? ਹਾਂਜੀ, ਤਾਂ ਆਪਣਾ ਰਾਈਟ ਆਨਸਰ ਆ ਉਹ ਹੈ ਜੀ ਆਪਸ਼ਨ ਨੰਬਰ ਬੀ, ਕਾਂਤਿਆ ਟੋਪੇ। ਠੀਕ ਹੈ, ਇਹਨਾਂ ਨੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜਿਹੜੀ ਸਹਾਇਤਾ ਹੈ ਉਹ ਕੀਤੀ ਸੀ। ਕਾਂਤਿਆ ਟੋਪੇ ਦਾ ਅਸਲੀ ਨਾਮ ਕੀ ਹੈ? ਉਹ ਹੈ ਜੀ ਰਾਮ ਚੰਦਰ ਪਾਂਡੂਰੰਗ। ਰਾਮ ਚੰਦਰ ਪਾਂਡੂਰੰਗ ਤਾਂਤਿਆ ਟੋਪੇ ਦਾ ਜਿਹੜਾ ਅਸਲੀ ਨਾਮ ਹੈ। ਨੈਕਸਟ, 1857 ਦੇ ਵਿਦਰੋਹ ਤੋਂ ਬਾਅਦ ਕਿਹੜੀਆਂ ਕਿਹੜੀਆਂ ਪ੍ਰਸ਼ਾਸਨਿਕ ਤਬਦੀਲੀਆਂ ਆਈਆਂ? ਠੀਕ ਹੈ, ਪ੍ਰਸ਼ਾਸਨ ਦੇ ਵਿੱਚ ਕੀ ਚੇਂਜ ਕੀਤਾ ਇਹਨਾਂ ਨੇ? ਫਸਟ ਆਪਸ਼ਨ ਹੈ ਕਿ ਈਸਟ ਇੰਡੀਆ ਕੰਪਨੀ ਦਾ ਜਿਹੜਾ ਰਾਜ ਹੈ ਉਹ ਖਤਮ ਹੋ ਗਿਆ।
ਸੈਕਿੰਡ ਕਹਿ ਰਿਹਾ ਕਿ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਰਾਜ ਹੋ ਗਿਆ, ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਮਿਲ ਗਈ, ਠੀਕ ਹੈ, ਜਾਂ ਉਪਰੋਕਤ ਸਾਰੇ। ਤਾਂ ਆਪਣਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ। 1857 ਦੇ ਵਿਦਰੋਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਹੈ ਜਿਹੜੀ ਉਹਨੂੰ ਭੰਗ ਕਰ ਦਿੱਤਾ ਗਿਆ, ਔਰ ਕੰਪਨੀ ਦਾ ਜਿਹੜਾ ਸ਼ਾਸਨ ਹੈ ਉਹ ਸਿੱਧਾ ਬ੍ਰਿਟੇਨ ਤਾਜ ਦੇ ਅਧੀਨ ਕਰ ਦਿੱਤਾ ਗਿਆ ਸੀ, ਠੀਕ ਹੈ। ਇੰਗਲੈਂਡ ਦੀ ਸਰਕਾਰ ਦਾ ਸਿੱਧਾ ਰਾਜ ਹੋ ਗਿਆ ਸੀ, ਔਰ ਜਿਹੜਾ ਗਵਰਨਰ ਜਨਰਲ ਹੈ ਉਸਨੂੰ ਕੀ ਕਿਹਾ ਜਾਣ ਲੱਗਿਆ, ਵਾਇਸ ਰਾਏ, ਠੀਕ ਹੈ। ਗਵਰਨਰ ਜਨਰਲ ਦੀ ਪਦਵੀ ਕੀ ਹੋ ਗਈ ਹੈ ਹੁਣ, ਵਾਇਸ ਰਾਏ ਦੀ ਪਦਵੀ ਹੋ ਗਈ। ਹਾਂਜੀ ਹਾਂਜੀ, ਜਿਹੜੇ ਸਟੂਡੈਂਟ ਸਾਡੇ ਵਟਸਐਪ ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ ਉਹ ਆਪਣਾ ਨੇਮ, ਤੁਹਾਡਾ ਮੋਬਾਈਲ ਨੰਬਰ, ਕਿਹੜੇ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਔਰ ਤੁਹਾਡੀ ਸਿਟੀ ਕਿਹੜੀ ਹੈ, ਇਸ ਨੀਚੇ ਦਿੱਤੇ ਨੰਬਰ 'ਤੇ ਤੁਸੀਂ ਵਟਸਐਪ ਮੈਸੇਜ ਕਰ ਦਿਓ ਜੀ, ਤੁਹਾਨੂੰ ਗਰੁੱਪ ਦੇ ਵਿੱਚ ਐਡ ਹੈ ਜਿਹੜਾ ਉਹ ਕਰ ਲਿਆ ਜਾ। ਹਾਂਜੀ ਨੈਕਸਟ ਹੈ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਕਿਹੋ ਜਿਹੀ ਸੀ, ਕਿ ਧਾਰਮਿਕ ਸਥਾਨਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ, ਜਾਂ ਰਾਜਿਆਂ ਨੇ ਬਹੁਤ ਸਾਰੇ ਸਕੂਲ ਬਣਾਏ ਹੋਏ ਸੀ, ਠੀਕ ਹੈ, ਜਾਂ ਕੁਝ ਪਿੰਡਾਂ ਲਈ ਇੱਕ ਸਕੂਲ ਦੀ ਵਿਵਸਥਾ ਹੁੰਦੀ ਸੀ, ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਆਪਣਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਸਿੱਖਿਆ ਸੀ ਉਹ ਧਾਰਮਿਕ ਸਥਾਨਾਂ ਦੇ ਵਿੱਚ ਸਿੱਖਿਆ ਹੈ ਜਿਹੜੀ ਹੈ ਉਹ। ਭਾਰਤ ਦੇ ਵਿੱਚ ਸਕੂਲਾਂ ਕਾਲਜਾਂ ਰਾਹੀਂ ਸਿੱਖਿਆ ਦੇਣ ਦਾ ਕੰਮ ਹੈ ਜਿਹੜਾ ਉਹ ਕਿਹਨਾਂ ਨੇ ਸ਼ੁਰੂ ਕੀਤਾ, ਠੀਕ ਹੈ, ਜਦੋਂ ਧਾਰਮਿਕ ਸਥਾਨਾਂ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਸੀ ਤਾਂ ਉਸ ਟਾਈਮ ਬਦਲਾਅ ਕਿਹਨਾਂ ਨੇ ਕੀਤਾ, ਠੀਕ ਹੈ, ਸਕੂਲਸ ਆਏ, ਕਾਲਜਾਂ ਰਾਹੀਂ ਸਿੱਖਿਆ ਦੇਣ ਦਾ ਕੰਮ ਕਿਸਨੇ ਸ਼ੁਰੂ ਕੀਤਾ, ਰਾਜਾ ਨੇ ਕੀਤਾ ਹੈ, ਅੰਗਰੇਜ਼ਾਂ ਨੇ ਕੀਤਾ ਹੈ, ਜਾਂ ਦੇਸ਼ ਦੀਆਂ ਧਾਰਮਿਕ ਸੰਸਥਾਵਾਂ ਨੇ, ਜਾਂ ਉਪਰੋਕਤ ਸਾਰੇ। ਆਪਣਾ ਰਾਈਟ ਆਨਸਰ ਆ ਆਪਸ਼ਨ ਨੰਬਰ ਬੀ, ਅੰਗਰੇਜ਼ਾਂ ਨੇ। ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਸ਼ੁਰੂ ਕਰਨ ਦੇ ਮੁੱਖ ਉਦੇਸ਼ ਕਿਹੜੇ ਹੈ, ਕਿਉਂ, ਕੀ ਰੀਜ਼ਨ ਸੀ, ਕੀ ਲੋੜ ਸੀ ਉਹਨਾਂ ਨੂੰ ਕਿ ਭਾਰਤ ਦੇ ਵਿੱਚ ਅੰਗਰੇਜ਼ੀ ਸਿੱਖਿਆ ਨੂੰ ਡਿਵੈਲਪ ਕੀਤਾ ਜਾਵੇ, ਠੀਕ ਹੈ। ਇਸ ਦੇ ਵਿੱਚ ਵੀ ਉਹਨਾਂ ਦੇ ਏਮ ਹੀ ਛਿਪੇ ਹੋਏ ਸੀ, ਪਰ ਚੰਗੀ ਗੱਲ ਵੀ ਸੀ ਵੀ ਕੁਝ ਭਾਰਤੀਆਂ ਦੀ ਸੋਚ ਬਦਲੀ, ਉਹਨਾਂ ਦੀ ਸੋਚ ਦੇ ਵਿੱਚ ਵੀ ਸੁਧਾਰ ਹੋਇਆ, ਠੀਕ ਹੈ। ਤਾਂ ਸ਼ਾਸਨ ਪ੍ਰਬੰਧ ਚਲਾਉਣ ਲਈ ਪੜ੍ਹੇ ਲਿਖੇ ਲੋਕ ਪੈਦਾ ਕਰਨਾ, ਕਿਉਂਕਿ ਭਾਰਤੀਆਂ ਨੂੰ ਅੰਗਰੇਜ਼ਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ, ਪਰ ਅੰਗਰੇਜ਼ਾਂ ਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ। ਕੀ ਰੀਜ਼ਨ ਸੀਗਾ, ਪਹਿਲਾ ਕੰਮ ਕੀ ਕੀਤਾ ਉਹਨਾਂ ਨੇ ਵੀ ਸ਼ਾਸਨ ਪ੍ਰਬੰਧ ਜੇਕਰ ਚਲਾਉਣਾ ਹੈ ਤਾਂ ਸਾਨੂੰ ਪੜ੍ਹੇ ਲਿਖੇ ਭਾਰਤੀਆਂ ਦੀ ਲੋੜ ਹੈ, ਠੀਕ ਹੈ। ਦੂਸਰਾ, ਭਾਰਤੀ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਕਰਨ ਲਈ ਅੰਗਰੇਜ਼ੀ ਜਾਣਦੇ ਲੋਕ ਪੈਦਾ ਕਰਨ, ਵੀ ਭਾਰਤੀ ਜਿਹੜੇ ਲੋਕ ਹੈ ਉਹਨਾਂ ਦੀਆਂ ਮੁਸ਼ਕਲਾਂ ਕੀ ਹੈ, ਉਹ ਕੀ ਚਾਹੁੰਦੇ ਨੇ, ਉਹ ਕੀ ਪਲੈਨਿੰਗ ਕਰਦੇ ਨੇ, ਉਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਦੇ ਲਈ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਜ਼ਰੂਰੀ ਹੈ। ਜੇਕਰ ਉਹ ਆਪਦੀ ਭਾਸ਼ਾ ਬੋਲਣਗੇ, ਕੋਈ ਸੰਸਕ੍ਰਿਤ ਬੋਲ ਰਿਹਾ, ਕੋਈ ਹਿੰਦੀ ਬੋਲ ਰਿਹਾ, ਕੋਈ ਹੋਰ ਭਾਸ਼ਾ ਬੋਲ ਰਿਹਾ,
ਤਾਂ ਅੰਗਰੇਜ਼ਾਂ ਨੂੰ ਇੰਨੀ ਭਾਸ਼ਾ ਸਿੱਖਣੀ ਪੈਣੀ ਹੈ, ਉਸ ਦੀ ਬਜਾਏ ਉਹਨਾਂ ਨੇ ਕੀ ਕੀਤਾ ਵੀ ਆਪਣੇ ਵਾਲੀ ਇੱਕ ਹੀ ਭਾਸ਼ਾ ਸਾਰਿਆਂ ਨੂੰ ਸਿਖਾ ਦਿਓ। ਅੰਗਰੇਜ਼ੀ ਜਾਣਦੇ ਲੋਕਾਂ ਨੂੰ ਕੀ ਕਰਨਾ, ਈਸਾਈ ਬਣਾਉਣਾ ਵੀ ਕੀ ਹੋ ਜੂਗਾ, ਆਸਾਨ ਹੋ ਜੂਗਾ। ਜਿਹੜੇ ਲੋਕ ਜੇਕਰ ਅੰਗਰੇਜ਼ੀ ਜਾਣ ਜਾਂਦੇ ਆ ਤਾਂ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਤਬਦੀਲ ਕਰਨਾ ਵੀ ਉਹਨਾਂ ਦੇ ਲਈ ਕੀ ਹੋ ਜੂਗਾ, ਸੌਖਾ ਹੋ ਜੂ। ਆਪਣਾ ਰਾਈਟ ਆਂਸਰ ਨੰਬਰ ਸੀ। ਹਾਂਜੀ, ਨੈਕਸਟ ਸ਼ਿਕਸ਼ਾ FM ਐਪ ਦੇ ਉੱਪਰ ਇਹ ਸਾਰੇ ਕੋਰਸ ਹੈ ਜਿਹੜੇ ਵੀ ਤੁਹਾਨੂੰ ਮਿਲ ਜਾਣਗੇ। PTE 2000 ਦੀ ਤਿਆਰੀ ਹੈ ਜਿਹੜੀ ਵਧੀਆ ਚੱਲ ਰਹੀ ਹੈ, ਠੀਕ ਹੈ। PSTET ਲਾਇਬ੍ਰੇਰੀ ਰੀਸਟੋਰਰ ਦਾ ਸ਼ਾਨਦਾਰ ਬੈਚ ਹੈ ਜਿਹੜਾ ਉਹ ਚੱਲ ਰਿਹਾ ਜੀ, ਔਰ ਸਪੈਸ਼ਲ ਪੰਜਾਬੀ ਪੇਪਰ A, ਠੀਕ ਹੈ। ਦੇਖੋ ਪੰਜਾਬੀ ਪੇਪਰ A ਤੁਹਾਡੇ ਲਈ ਇਸ ਸਮੇਂ ਸਭ ਤੋਂ ਵੱਧ ਜ਼ਰੂਰੀ ਹੈ। ਚਾਹੇ ਤੁਸੀਂ ਸਬਜੈਕਟ ਦੀ ਜਿੰਨੀ ਮਰਜ਼ੀ ਤੁਸੀਂ ਮਾਹਿਰ ਕਿਉਂ ਨਾ ਹੋ, ਜਿੰਨੀ ਮਰਜ਼ੀ ਤੁਸੀਂ ਤਿਆਰੀ ਕਰ ਲਓ, ਪਰ ਜਦੋਂ ਤੁਸੀਂ ਪੰਜਾਬੀ ਦੇ ਵਿੱਚੋਂ 25 ਨੰਬਰ ਤੁਹਾਡੇ ਨਹੀਂ ਆਉਣਗੇ, ਤੁਹਾਡੇ ਜਿਹੜੀ ਤਿਆਰੀ ਕੀਤੀ ਹੋਈ ਹੈ ਤੁਹਾਡੇ ਸਬਜੈਕਟ ਦੀ, ਉਹਦੀ ਕੋਈ ਵੈਲਿਊ ਨਹੀਂ। ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਪੰਜਾਬੀ ਪੇਪਰ A ਦੀ ਤਿਆਰੀ ਹੈ ਜਿਹੜੀ, ਉਹ ਵੀ ਓਨੀ ਹੀ ਉਹਨੂੰ ਇੰਪੋਰਟੈਂਸ ਦਿਓ ਜਿੰਨੀ ਤੁਸੀਂ ਪੇਪਰ ਤੁਹਾਡੇ ਪੇਪਰ B ਨੂੰ ਦੇ ਰਹੇ ਹੋ, ਠੀਕ ਹੈ। ਇਸ ਦੇ ਲਈ ਕੀ ਹੈ, ਸ਼ਿਕਸ਼ਾ FM ਐਪ ਨੂੰ ਡਾਊਨਲੋਡ ਕਰੋ, ਠੀਕ ਹੈ। ਰਿਕਾਰਡਡ ਬੈਚ, ਇੱਕ ਬਹੁਤ ਹੀ ਸ਼ਾਨਦਾਰ ਬੈਚ ਹੈ ਜਿਹੜਾ ਸਿਰਫ ਤੁਹਾਨੂੰ 500 ਰੁਪਏ ਦੇ ਵਿੱਚ ਮਿਲਿਆ ਹੈ। ਮਨਪ੍ਰੀਤ ਮੈਮ ਹੈ ਜਿਹੜੇ ਸਿਲੈਕਟਡ ਨੇ, ਪੰਜਾਬੀ ਟੀਚਰ, ਬਹੁਤ ਅੱਛੇ ਟੀਚਰ ਨੇ, ਬਹੁਤ ਨੌਲੇਜ ਹੈ ਉਹਨਾਂ ਨੂੰ। ਤਾਂ ਤੁਸੀਂ ਪੰਜਾਬੀ ਪੇਪਰ A ਹੈ ਜਿਹੜਾ, ਉਹਦੀ ਤਿਆਰੀ ਵੀ ਤੁਸੀਂ ਨਾਲ ਦੀ ਨਾਲ ਚੰਗੀ ਤਰੀਕੇ ਨਾਲ ਕਰੋ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਕੋਈ ਵੀ ਦਿੱਕਤ ਹੈ ਜਿਹੜੀ ਉਹ ਨਾ ਆਵੇ। ਹਾਂਜੀ, ਹੁਣ ਕੁਛ ਐਕਟ ਆਏ ਸੀਗੇ, ਤਾਂ ਇੰਪੋਰਟੈਂਟ ਐਕਟ ਹੈ ਜਿਹੜੇ, ਉਹਨਾਂ ਦੇ MCQ ਆਪਾਂ ਕਰ ਲਾਂਗੇ ਅੱਧਾ, ਉਹ ਵੀ ਮੇਨ ਇੰਪੋਰਟੈਂਟ ਹੈ। ਵੈਸੇ ਤਾਂ ਸਾਰੇ ਐਕਟ ਹੀ ਇੰਪੋਰਟੈਂਟ ਨੇ। ਕੁਛ ਰਿਪੀਟਡ ਕੁਸ਼ਚਨ ਹੁੰਦੇ ਨੇ ਜਿਹੜੇ ਵਾਰ ਵਾਰ ਪੇਪਰ ਦੇ ਵਿੱਚ ਰਿਪੀਟ ਹੁੰਦੇ। 1813 ਦਾ ਚਾਰਟਰ ਐਕਟ, ਬਹੁਤ ਸਾਰੇ ਪੇਪਰ ਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ 1813 ਦਾ ਚਾਰਟਰ ਐਕਟ ਦੇ ਅਨੁਸਾਰ ਹਰ ਸਾਲ ਕਿੰਨਾ ਪੈਸਾ ਹੈ ਜਿਹੜਾ ਉਹ ਸਿੱਖਿਆ ਉੱਪਰ ਖਰਚਣ ਦੀ ਯੋਜਨਾ ਬਣਾਈ ਗਈ ਸੀ। 3 ਲੱਖ ਰੁਪਏ ਜਾਂ 80,000 ਰੁਪਏ ਜਾਂ 1 ਲੱਖ ਰੁਪਇਆ ਜਾਂ 2 ਲੱਖ ਰੁਪਏ। ਆਪਣਾ ਜਿਹੜਾ ਰਾਈਟ ਆਂਸਰ ਹੈ ਉਹ ਹੈ ਜੀ ਆਪਸ਼ਨ ਨੰਬਰ C। ਹਰ ਸਾਲ ਕੀ ਕੀਤਾ ਗਿਆ, 1 ਲੱਖ ਰੁਪਇਆ ਹੈ ਜਿਹੜਾ ਉਹ ਸਿੱਖਿਆ ਦੇ ਉੱਪਰ ਖਰਚ ਕਰਨ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਸੀ, ਕਿਹੜੇ ਐਕਟ ਦੇ ਦੁਆਰਾ ਕੀਤਾ ਗਿਆ, ਤਾਂ ਚਾਰਟਰ ਐਕਟ 1813 ਦਾ ਚਾਰਟਰ ਐਕਟ, ਠੀਕ ਹੈ। ਹਾਂਜੀ, ਨੈਕਸਟ 1835 ਵਿੱਚ ਲਾਰਡ ਮਕਾਲੇ ਦੁਆਰਾ ਸਿੱਖਿਆ ਦਾ ਮਾਧਿਅਮ ਕੀ ਕੀਤਾ ਗਿਆ ਸੀ, ਕੀ ਕੀਤਾ ਗਿਆ ਸੀ। ਲਾਰਡ ਮਕਾਲੇ ਸੀ ਜਿਹੜਾ, ਉਹਨਾਂ ਨੇ 1835 ਦੇ ਵਿੱਚ ਸਿੱਖਿਆ ਦਾ ਮਾਧਿਅਮ ਹੈ ਜਿਹੜਾ ਕਿ ਉਹ ਪ੍ਰਦੇਸ਼ਿਕ ਭਾਸ਼ਾ ਕੀਤਾ ਸੀ ਜਾਂ ਅੰਗਰੇਜ਼ੀ ਭਾਸ਼ਾ ਕੀਤਾ ਜਾਂ ਦੋਵੇਂ ਆ ਜਾਂ ਕੋਈ ਨਹੀਂ, ਠੀਕ ਹੈ। ਤਾਂ ਲਾਰਡ ਮਕਾਲੇ ਹੈ ਜਿਹੜਾ, ਉਹਨਾਂ ਨੇ 1835 ਵਿੱਚ ਸਿੱਖਿਆ ਦਾ ਜਿਹੜਾ ਮਾਧਿਅਮ ਹੈ ਉਹ ਕਿਹੜਾ ਕੀਤਾ ਗਿਆ ਸੀ,
ਅੰਗਰੇਜ਼ੀ ਭਾਸ਼ਾ ਆਪਸ਼ਨ ਨੰਬਰ ਬੀ ਸਾਡਾ ਜਿਹੜਾ ਰਾਈਟ ਆਨਸਰ। ਹਾਂਜੀ ਤਾਂ ਜਿਹੜੇ ਸਟੂਡੈਂਟ ਨੇ ਹਜੇ ਤੱਕ ਸ਼ਿਕਸ਼ਾ ਐਫ ਐਮ ਦਾ ਟੈਲੀਗ੍ਰਾਮ ਚੈਨਲ ਹੈ ਜਿਹੜਾ ਉਹ ਜੁਆਇਨ ਨਹੀਂ ਕੀਤਾ ਹੈ ਤਾਂ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਜੀ, ਠੀਕ ਹੈ, ਤਾਂ ਕਿ ਤੁਹਾਨੂੰ ਉੱਥੇ ਫ੍ਰੀ ਪੀ ਡੀ ਐਫਸ ਹੈ ਜਿਹੜੀਆਂ ਤੁਸੀਂ ਤੁਹਾਨੂੰ ਉੱਥੇ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜਿਹੜੇ ਵੀ ਆਪਾਂ ਐਮ ਸੀ ਕਿਊ ਕਰ ਰਹੇ ਹਾਂ ਉਹ ਪੀ ਡੀ ਐਫ ਤੁਹਾਨੂੰ ਟੈਲੀਗ੍ਰਾਮ ਦੇ ਉੱਪਰ, ਟੈਲੀਗ੍ਰਾਮ ਨੂੰ ਅੱਜ ਹੀ ਜੁਆਇਨ ਕਰ ਲੈਣਾ। ਹਾਂਜੀ ਵੁੱਡ ਡਿਸਪੈਚ ਕੀ ਸੀ? ਆਪਸ਼ਨ ਨੰਬਰ ਏ ਪ੍ਰਸ਼ਾਸਨਿਕ ਸੁਧਾਰ ਦੇ ਵਿੱਚ ਸਿਫਾਰਸ਼ਾਂ ਹੈ, ਜਾਂ ਫਿਰ ਨਿਆਇਕ ਸੁਧਾਰ ਦੇ ਵਿੱਚ ਕੁਝ ਸਿਫਾਰਸ਼ਾਂ ਹੈ, ਜਾਂ ਫਿਰ ਸਿਵਲ ਸਰਵਿਸ ਦੇ ਵਿੱਚ ਸੁਧਾਰ ਕਰਨ ਦੇ ਲਈ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ, ਜਾਂ ਫਿਰ ਸਿੱਖਿਆ ਸੁਧਾਰ ਦੇ ਵਿੱਚ ਕੁਝ ਸਿਫਾਰਸ਼ਾਂ ਹੈ। ਕੀ ਸੀ ਵੁੱਡ ਡਿਸਪੈਚ? ਤਾਂ ਆਪਣਾ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ ਡੀ, ਚਾਰਲਸ ਵੁੱਡ ਦੇ ਦੁਆਰਾ ਵੁੱਡ ਡਿਸਪੈਚ ਹੈ ਜਿਹੜਾ ਲਾਗੂ ਕੀਤਾ ਗਿਆ ਸੀ। ਇਸ ਦੇ ਵਿੱਚ ਕੀ ਸੀ ਕਿ ਸਿੱਖਿਆ ਸੁਧਾਰ, ਠੀਕ ਹੈ, ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਚੇਂਜ ਲਿਆਉਣ ਦੇ ਲਈ, ਸੁਧਾਰ ਕਰਨ ਦੇ ਲਈ, ਉਹ ਸੀ ਵੁੱਡ ਡਿਸਪੈਚ। ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਜੀ, ਵੁੱਡ ਡਿਸਪੈਚ ਨੇ ਸਿਫਾਰਿਸ਼ਾਂ ਕਦੋਂ ਕੀਤੀ? ਕਦੋਂ ਕੀਤੀ ਵੁੱਡ ਡਿਸਪੈਚ ਹੈ ਜਿਹੜੀ ਉਹਨੇ ਆਪਣੀ ਸਿਫਾਰਿਸ਼, 1860 ਹੈ ਜਾਂ 1854 ਹੈ, 1875 ਹੈ ਜਾਂ 1891 ਹੈ? ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ, 1854। ਉਹ ਡਿਸਪੈਚ ਹੈ ਜਿਹੜਾ ਉਹ ਕਦੋਂ ਲਾਗੂ ਹੋਇਆ? 1854 ਈਸਵੀ ਦੇ ਵਿੱਚ। ਅਤੇ ਇਸ ਦੇ ਵਿੱਚ ਸਿੱਖਿਆ ਨੂੰ ਅੰਗਰੇਜ਼ੀ ਮਾਧਿਅਮ ਹੈ ਜਿਹੜਾ ਸਿੱਖਿਆ ਦੇ ਲਈ ਜ਼ਰੂਰੀ ਹੈ ਜਿਹੜਾ ਕੀਤਾ ਗਿਆ ਸੀ। ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ 15 ਇੰਪੋਰਟੈਂਟ ਕੁਐਸਚਨਸ ਜੀ। ਤਾਂ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਠੀਕ ਹੈ, ਔਰ ਲਾਈਕ ਕਰ ਦੇਣਾ। ਮਿਲਦੇ ਹਾਂ ਨਵੇਂ ਕੁਐਸਚਨਸ ਦੇ ਨਾਲ, ਤਦ ਤੱਕ ਲਈ ਬਾਏ ਬਾਏ, ਥੈਂਕ ਯੂ ਸੋ ਮੱਚ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖਣ